ਸਕੂਲ ਜਾਂਦਾ ਕਿ ਛੱਕਾ ਵੱਜਾ ਵਾ ਮੈਂ ਹਾਂ ਇਹ ਵੱਜਾ ਵਾ ਪਲੇਅਰਾਂ ਨੂੰ ਉਤਸ਼ਾਹ ਵੀ ਕਰਨੀ ਆ ਗਾ ਖੇਡਣਾ ਉਹਨੇ ਤਾਂ ਜਾ ਕੇ ਕਹਿੰਦੇ ਨਾ ਹੋ ਗਿਆ ਨਾ ਗਈ ਚੈਨਲ ਨਾ ਗਈ ਆ ਵੇ ਜਾਂਦਾ ਨਹੀਂ ਬਹੁਤ ਸੋਹਣੀ ਬਾਲ ਫਾਈਨਲੀ ਅੱਜ ਖਤਮ ਹੋਇਆ ਲੱਗਾ ਕੰਮ ਹਾਂਜੀ ਕਿੱਦਾਂ ਫਿਰ ਹੋਪ ਤੁਸੀਂ ਸਭ ਘੈਂਟ ਹੋ ਗਏ ਤਾਂ ਵੈਲਕਮ ਟੂ ਅਨਦਰ ਵਲੋਗ ਅੱਜ ਆਪਾਂ ਫਿਰ ਚੱਲੇ ਹਾਂ ਖੂਤੇ ਕਿਉਂਕਿ ਕੱਲ੍ਹ ਦਾ ਬੋਰ ਹੋ ਚੁੱਕਿਆ ਹੈ ਤਾਂ ਹੁਣ ਆਪਾਂ ਚੱਲੇ ਹਾਂ ਵੇਖਣ ਮੈਂ ਗੇੜਾ ਸ਼ੇੜਾ ਮਾਰੀਏ ਕੀ ਬਣਿਆ ਵਾ ਓਹੋ ਅੱਜ ਮੈਂ ਲੇਟ ਹੋ ਗਿਆ ਅੱਜ ਸਾਰੇ ਜਣੇ ਆ ਗਏ ਪਹਿਲਾਂ ਹੀ ਕੰਮ ਜ਼ੋਰਾਂ ਸ਼ੋਰਾਂ ਚੱਲਣ ਡਿਆ ਵਾ ਬਾਕੀ ਕੋਈ ਨਾ ਦੇਰ ਆਏ ਦਰੁਸਤ ਆਏ ਟੂ ਆਵਰਸ ਲੇਟਰ ਗਰਮੀ ਹੋ ਗਈ ਜ਼ਿਆਦਾ ਹੁਣ ਖਲੋਣਾ ਬਹੁਤਾ ਹੀ ਔਖਾ ਹੋਣ ਡਿਆ ਜੀ ਹੁਣ ਮੈਂ ਚੱਲ ਘਰ ਨੂੰ ਚੱਲੀਏ ਘੜੀ ਰੈਸਟ ਰੁਸਟ ਕਰਕੇ ਆਈਏ ਕੁਝ ਖਾ ਪੀ ਵੀ ਲਈਏ ਸਵੇਰ ਦਾ ਜੀ ਦੋ ਦੇ ਤੁਰੇ ਹਾਂ ਹੁਣ ਮੈਂ ਘੜੀ ਰੈਸਟ ਕਰਦੇ ਹਾਂ ਅਤੇ ਕੁਝ ਖਾਂਦੇ ਪੀਂਦੇ ਫਿਰ ਆਉਣਾ ਘੜੀ ਨੂੰ ਕੰਮ ਹਲੇ ਪੂਰਾ ਕੰਪਲੀਟ ਨਹੀਂ ਹੋਇਆ ਹੁਣ ਪੈਪਾਂ ਪਾਉਣ ਵਾਲੀਆਂ ਰਹਿ ਗਈਆਂ ਪੈਪਾਂ ਪਾਵਾਂਗੇ ਤਾਂ ਫਿਰ ਵਿਹਲੇ ਅੱਜ ਸਾਰਾ ਦਿਨ ਕਰਨਾ ਕੀ ਹੋਰ ਏ ਫਿਊ ਮੋਮੈਂਟਸ ਲੇਟਰ ਜ਼ਿੰਦਗੀ ਜੰਡਵਾ ਫਿਰ ਕਾਹੇ ਕਾ ਗਮੰਡਵਾ ਘਰ ਗਏ ਨੇ ਪੰਜ ਮਿੰਟ ਨਹੀਂ ਆਏ ਫਿਰ ਸੱਦ ਰਿਹਾ ਸੀ ਹੁਣ ਫਿਰ ਚੱਲਾਂ ਘਰ ਨੂੰ ਮੈਂ ਰੋਟੀ ਖਾਈ ਅੱਗੇ ਤਾਂ ਮਿਲੀ ਨਹੀਂ ਘਰ ਪਹੁੰਚੇ ਹਲੇ ਪਾਣੀ ਵੀ ਨਹੀਂ ਪੀਤਾ ਤਾਂ ਫਿਰ ਫੋਨ ਆ ਗਿਆ ਪਿਛੇਤੀ ਮੋੜ ਇੱਧਰ ਹੁਣ ਮੈਂ ਚੱਲਾਂ ਘਰ ਨੂੰ ਅਤੇ ਹੁਣ ਤਾਂ ਖਾ ਪੀ ਕੇ ਹੀ ਹੂੰ ਕੋਈ ਨਾ ਕੋਈ ਉੱਦਾਂ ਨਹੀਂ ਮੁੜਦਾ ਮੈਂ ਘਰ ਦੇ ਵਿੱਚ ਐਂਟਰੀ ਕਰਨ ਲੱਗਾ ਹਾਂ ਤਾਂ ਆਹ ਵੇਖੋ ਲੈ ਓ ਉੱਥੇ ਚੱਲ ਗਈ ਤੂੰ ਇੱਥੇ ਕੰਡੀ ਆ ਕੀ ਕੰਡੀ ਕੀ ਚਾਹੀਦਾ ਤੈਨੂੰ ਕੀ ਚਾਹੀਦਾ ਤੈਨੂੰ ਕੀ ਚਾਹੀਦਾ ਇੱਥੇ ਕੀ ਆ ਗੋਟ ਇਟ ਮੈਂ ਚਾਹੀਦਾ ਮੈਂ ਆ ਗਿਆ ਘਰ ਮਮਾ ਲਿਆਓ ਦੋ ਰੋਟੀ ਹੁਣ ਨਹੀਂ ਮੈਂ ਜਾਣਾ ਖੁੱਤੇ A few moments later ਚੱਲਾਂ ਯਾਰ ਪਾਪਾ ਨੂੰ ਨਾ ਫੋਨ ਲਾਇਓ ਵੀ ਬੰਨ ਲਿਆ ਬਸ ਪਰਨਾ ਚੱਲਾਂ ਸਾਡੇ ਤਾਂ ਘਰ ਦੇ ਨਹੀਂ ਮੰਨਦੇ ਬਾਹਰਲੇ ਨੇ ਕੀ ਮੰਨਣਾ ਇੱਕ ਵਾਰੀ ਨਾ ਕੀ ਕਹਿ ਤੀ ਕੰਮ ਹੀ ਖਰਾਬ ਹੋ ਜਾਗਾ ਸੀ ਹਾਂ ਹਾਂ ਤੂੰ ਰੋਕ ਲਾ ਮੈਨੂੰ ਕੀ ਤੇਰੀ ਮੰਨ ਲੈ ਹਾਂਜੀ ਆਪਾਂ ਹੋ ਗਏ ਹੁਣ ਵਿਹਲੇ ਕੰਮ ਤੋਂ ਹੁਣ ਹੋਈ ਸਾਡੀ ਛੁੱਟੀ ਹੁਣ ਕੋਈ ਫੜਾਂਗੇ ਨਵਾਂ ਕੰਮ ਹੈ ਅੱਜ ਫਾਈਨਲੀ ਛੁੱਟੀ ਮਿਲ ਗਈ ਕੱਲ੍ਹ ਤਾਂ ਬੜੇ ਖਪੇ ਹੈ ਇਹਦੇ ਮਗਰ ਹੁਣ ਚਲੋ ਫਿਰ ਮੈਨੇ ਅੱਗੇ ਕੀ ਕਰੀਦਾ ਹੁਣ ਹਾਂਜੀ ਖੂਹ ਵਾਲਾ ਕੰਮ ਨਿਬੇੜਤਾ ਆਪਾਂ ਹੁਣ ਆਏ ਆਪਾਂ ਖੁਸ਼ ਘਰ ਖੁਸ਼ ਦੇ ਨਾਲ ਉਹਦੇ ਜਾਣਾ ਹੁਣ ਖੂਹ 'ਤੇ ਕਿਉਂਕਿ ਸਾਨੂੰ ਤਾਂ ਕੋਈ ਕੰਮ ਹੁੰਦਾ ਨਹੀਂ ਇੱਕ ਮੱਖੀ ਨਹੀਂ ਮੇਰੀ ਜਾਨ ਛੱਡਣ ਡੀ ਤੂੰ ਤੋਏ ਗਾਂ ਨਹੀਂ ਇੱਕ ਚੁੱਪ ਕਰਨ ਡੀ ਇਹਨੂੰ ਪਤਾ ਨਹੀਂ ਕੀ ਹੋਇਆ ਪੱਠੇ ਨਹੀਂ ਪਾਏ ਜਾਪਦੇ ਬਾਕੀ ਆਪਾਂ ਦੁਬਈ ਦੇ ਸ਼ੇਖ ਬਣ ਚੁੱਕੇ ਹਾਂ ਖੁਦ 'ਤੇ ਆਏ ਹਾਂ ਹੁਣ ਆਪਣੇ ਇੱਥੇ ਜਿਹੜੀ ਗਾਂ ਮੱਝਾਂ ਉਹਨਾਂ ਨੂੰ ਪਾਵਾਂਗੇ ਪੱਠੇ ਯਾਰ ਹਟ ਜਾ ਤੂੰ ਕੀ ਤੰਗ ਕਰਨੀ ਮੈਨੂੰ ਉਹਨਾਂ ਨੂੰ ਪੱਠੇ ਪੁੱਠੇ ਪਾ ਕੇ ਅਤੇ ਫਿਰ ਜਾਣਾ ਆਪਾਂ ਘਰ ਨੂੰ ਘਰ ਚੱਲ ਕੇ ਅਤੇ ਫਿਰ ਜਾਵਾਂਗੇ ਕ੍ਰਿਕਟ ਖੇਡਣ ਚੱਲ ਕ੍ਰਿਕਟ ਅੱਜ ਮੇਰਾ ਇਰਾਦਾ ਨਹੀਂ ਖੇਡਣ ਦਾ ਕਿਉਂਕਿ ਆਲਰੇਡੀ ਬਾਂਹ ਬੜੀ ਪੀੜ ਕਰਨ ਡੀ ਆ ਉੱਥੇ ਥਰੋ ਵਗੈਰਾ ਕਰੀ ਦੀ ਤਾਂ ਬਾਂਹ ਛੇਤੀ ਪੀੜ ਕਰਨ ਲੱਗ ਪੈਂਦੀ ਆ ਬਾਕੀ ਚਲੋ ਕੋਈ ਨਾ ਗਰਾਊਂਡ 'ਚ ਐਂਟਰੀ ਮਾਰੀ ਆ ਇੱਥੇ ਪਲੇਅਰ ਹੁਣੀ ਖਲੋਤੇ ਨੇ ਬਹੁਤ ਵਧੀਆ ਫੀਲਡਿੰਗ ਕਰ ਰਹੇ ਨੇ ਗੁਲਾਬੀ ਸ਼ਰਟ ਮੈਂ ਹੁਣੇ ਵੇਖਿਆ ਇਹਨੇ ਮੁੰਡੇ ਨੇ ਕੈਚ ਕੀਤਾ ਇੱਕ ਆਊਟ ਕੀਤਾ ਇੱਕ ਰਣੇ ਨੂੰ ਪਰ ਉਸੇ ਵੇਲੇ ਮੈਂ ਚਪੇੜ ਮਾਰ ਕੇ ਠਾਤਾ ਵੀ ਨਹੀਂ ਉੱਠਿਆ ਨਹੀਂ ਹੋਇਆ ਪਲੇਅਰ ਸਾਹਿਬ ਛੱਕਾ ਵੱਜਦੇ ਤਾਂ ਸਾਡੇ ਦਿਨ ਬਹੁਤ ਸਕੂਲ ਲਿਆਉਂਦਾ ਕਿ ਛੱਕਾ ਵੱਜਾ ਵਾ ਮੈਂ ਵੱਜਾ ਵਾ ਪਲੇਅਰਾਂ ਨੂੰ ਉਤਸ਼ਾਹ ਵੀ ਕਰਨੀ ਆ ਖੇਡਣਾ ਉਹਨੇ ਤਾਂ ਜਾ ਕੇ ਪਿਛਲੇ ਵਜੇ ਇੱਕ ਵਜੇ ਮੈਂ 30 ਮਾਰੇ ਕੁਛ ਇੱਕ ਛੱਕੇ ਮਾਰੇ ਮੈਂ ਚੱਲ ਕੀ ਕਹਿਣਾ ਕਰੂੰ ਇੱਥੇ ਰੱਖ ਕੀਪ ਕਰਕੇ ਲੈ ਪੰਜ ਜੱਕੇ ਹਾਂਜੀ ਬ੍ਰੋ
ਤੜਾ ਪਿੱਛੇ ਹੋ ਯਾਰ ਠੀਕ ਠੀਕ ਉਹਦੇ ਪੈਰ ਵੇਖੇ ਕਰਦਾ ਮੈਂ ਚੁਗਾ ਗਿਆ ਚੜਾ ਕੈਮਰਾ ਵਾਲਾ ਫੋਨ ਚੱਲਦਾ ਮੇਰੇ ਕੋਲ ਉਹਦੇ ਉੱਤੇ ਉਹ ਹੀ ਹੋ ਗਿਆ ਜੀ ਨਹੀਂ ਪੰਜਾਂ ਬਣਾਏ 11 ਏ ਆ ਚੱਕ ਫਿਰ ਚੁਗਾ ਨਹੀਂ ਟੱਕੀ ਜਾਣੀ ਪਲੇਅਰ ਨੇ ਲਗਾਤਾਰ ਤਿੰਨ ਚੁਗੇ ਛੱਡੇ ਓਏ ਸਾਨੂੰ ਦੇ ਗਾਂ ਯਾਰ ਨੇ ਮੇਰੇ ਭਰਾ ਦੇ गल बात मैं तेरी सिरा वा अपने सूरज कितनी बड़ी दिखदा सानू नहीं सवेर दा सूरज दोपहर दा सूरज शाम दा सूरज अफ्टरनून दा सूरज वाइड वेखो रखी इन्होंने ओ यार बाल चप्पल तो परे गई है